मैं फटाफट पोचे ला लैनी हाँ, वह भी आने वाले होने आ। रोटी भी नहीं बनाई अजे, पोचे ला के रोटी बना लैनी हाँ। ना वे आके रोटी पिछे मेरे नाल लड़ना कि रोटी नहीं बनाई अजे। सिमर कितने है तू? आज तो ये नहीं जल्दी आ गए? तो हाँ होना ही। रोटी बनाई कि नहीं? मैं जो रोटी नहीं बनाई मैं पोचे लाउ लग गई है। लग दी पोचा नहीं, तन्नू नहीं पता मैं रोटी खानी है? कोई गल नहीं, मैं 2 मिनट रोटी बना देनी हूँ, इन्ना गुस्से का ही होंगे हो। मैं ना बहुत बकवास ना लड़ाया कर, जा जाके रोटी जा। ਇਹ ਤੇ ਮੇਰੇ ਨਾਲ ਬਸ ਲੜਨ ਦੇ ਬਹਾਨੇ ਲੱਭਦੇ ਰਹਿੰਦੇ ਆ। ਕੋਈ ਨਾ ਕੋਈ ਮੌਕਾ ਚਾਹੀਦਾ ਇਹਨਾਂ ਨੂੰ ਮੇਰੇ ਨਾਲ ਲੜਨ ਦਾ। ਜੇ ਮੈਂ ਹੋਰ ਰੋਟੀ ਬਣਾਉਣ ਲੱਗ ਪਈ ਤੇ ਬਹੁਤ ਟਾਈਮ ਹੋ ਜਾਣਾ ਵਾ, ਤੇ ਫਿਰ ਇਹਨਾਂ ਨੇ ਲੜਨ ਲੱਗ ਪੈਣਾ ਵਾ। ਇੱਦਾਂ ਕਰਦੀ ਹਾਂ, ਖਿਚੜੀ ਬਣਾ ਲੈਂਦੀ ਹਾਂ, ਨਾਲੇ ਛੇਤੀ ਬਣ ਜੂਗੀ ਅਤੇ ਨਾਲੇ ਉਹ ਖਾ ਵੀ ਲੈਣਗੇ। ਉਹ ਲਿਆ ਯਾਰ, ਇੰਨਾ ਟਾਈਮ ਲੱਗਦਾ ਰੋਟੀ ਨੂੰ। ਇੰਨਾ ਟਾਈਮ ਲੱਗਦਾ ਰੋਟੀ ਲਿਆਉਣ ਨੂੰ ਤੇ ਆ ਗਈ ਆ, ਉਹ ਤੂੰ ਖਿਚੜੀ ਬਣਾ ਕੇ ਦੇਤੀ ਆ। ਰੋਟੀ ਨੂੰ ਟਾਈਮ ਲੱਗਣਾ ਸੀ ਤੇ ਮੈਂ ਚਲ ਖਿਚੜੀ ਬਣਾ ਦਿੰਦੀ ਆ, ਤੁਹਾਨੂੰ ਭੁੱਖ ਲੱਗੀ ਆ। ਤੂੰ ਹੁਣ ਮੇਰੇ ਸਰਾਣੇ ਖੜੀ ਕੀ ਕਰਨ ਦੀ ਆ? ਜਾ ਜਾ ਕੇ ਮੇਰੇ ਕੱਪੜੇ ਲਿਆ, ਮੈਂ ਸ਼ਹਿਰ ਨੂੰ ਜਾਣਾ ਵਾ। ਸ਼ਹਿਰ ਕੀ ਕਰਨ ਜਾਣਾ ਤੁਸੀਂ? ਯਾਰ ਮੇਰਾ ਕੰਮ ਆ, ਮੈਂ ਜੋ ਕੁਝ ਮਰਜ਼ੀ ਕਰਨ ਜਾਵਾਂ ਤੈਨੂੰ ਕੀ? ਤੈਨੂੰ ਜਿੰਨਾ ਕੰਮ ਕਿਹਾ ਜਾਂਦਾ ਨਾ ਉਨਾ ਕਰਿਆ ਕਰ, ਦੱਸਿਆ ਠੀਕ ਆ ਨਾ? ਐਵੇਂ ਨਾ ਬਹਿਸ ਨਾ ਕਰਿਆ ਕਰ, ਜਾ ਜਾ ਕੇ ਕੱਪੜੇ ਲਿਆ। ਵੱਡੀ ਆਈ ਆ, ਸ਼ਹਿਰ ਕੀ ਕਰਨ ਜਾਣਾ? ਆ ਲਓ ਕੱਪੜੇ। ਕੱਪੜੇ ਹੁਣ ਮੇਰੇ ਸਿਰ 'ਤੇ ਰੱਖਣੇ ਆ, ਜਾ ਜਾ ਕੇ ਬਾਥਰੂਮ 'ਚ ਰੱਖ ਦੇ। ਤੁਹਾਡੇ ਕੱਪੜੇ ਮੈਂ ਬਾਥਰੂਮ 'ਚ ਰੱਖਦੇ ਆ, ਜਾਓ ਜਾ ਕੇ ਨਾ ਲਓ। ਚੱਲ ਠੀਕ ਆ। ਆ ਕੀ ਕੀਤਾ? ਏਦਾਂ ਕਰੀ ਦੀ ਕੱਪੜੇ ਪ੍ਰੈਸ? ਮੈਂ ਕਰਕੇ ਰੱਖੇ ਸੀ ਕੱਪੜੇ ਪ੍ਰੈਸ। ਤੇ ਵੱਟ ਕਿੱਦਾਂ ਪੈ ਗਏ ਆ? ਲਿਆ ਮੈਂ ਕਰ ਦਿੰਦੀ ਹਾਂ ਹੁਣੇ। ਹੁਣ ਤੂੰ ਕਰਕੇ ਲਿਆਏਂਗੀ? ਉਹਨੂੰ ਮੈਂ ਲੇਟ ਹੋ ਜਾਣਾ ਦਫ਼ਤਰ ਜਾਣ ਲੱਗਿਆ, ਤੇਰੇ ਭਰਾ ਨੇ ਮੈਨੂੰ ਬੁਲਟ ਨਹੀਂ ਦਿੱਤਾ ਜਦ ਤੇ ਮੈਂ ਚੱਲ ਜਾਣਾ ਟਾਈਮ ਸਿਰ। ਉਹਨੇ ਤੁਹਾਨੂੰ ਬੁਲਟ ਕਿੱਥੋਂ ਦੇ ਦੇਣਾ ਵਾ? ਉਹਨੇ ਤੇ ਆਪ ਇੰਨਾ ਕਰਜ਼ਾ ਚੁੱਕ ਕੇ ਸਾਡਾ ਵਿਆਹ ਕੀਤਾ ਵਾ। ਉਹ ਮੈਨੂੰ ਨਹੀਂ ਪਤਾ, ਜਿੱਦਾਂ ਮਰਜ਼ੀ ਵਿਆਹ ਕੀਤਾ ਵਾ। ਨਾਲੇ ਦੇਖਿਆ ਤੂੰ ਨਾਲ ਦਾ ਮੁੰਡਾ ਗਵਾਂਢੀ, ਉਹਨੂੰ 2 ਕਿੱਲੇ ਆਉਂਦੇ ਹਿੱਸੇ ਜੇ, ਫਿਰ ਵੀ ਉਹਦੇ ਸਹੁਰਿਆਂ ਨੇ ਉਹਨੂੰ ਬੁਲਟ ਦਿੱਤਾ, ਤਾਂ ਮੈਨੂੰ ਤਾਂ ਸੁੱਖ ਨਾਲ 5 ਕਿੱਲੇ ਆਉਂਦੇ ਸੀ। ਕੀ ਦਿੱਤਾ ਤੇਰੇ ਭਰਾ ਨੇ ਮੈਨੂੰ? ਉਦੋਂ ਤਾਂ ਤੁਸੀਂ ਆਉਂਦੇ ਸੀਗੇ ਵੀ ਸਾਨੂੰ ਦਾਤ ਕੁਛ ਨਹੀਂ ਚਾਹੀਦਾ, ਸਾਨੂੰ ਸਿਰਫ ਇਕੱਲੀ ਕੁੜੀ ਚਾਹੀਦੀ ਆ, ਤੇ ਅੱਜ ਤੁਸੀਂ ਮੇਰੇ ਤੋਂ ਦਾਤ ਦੀਆਂ ਗੱਲਾਂ ਕਰਦੇ ਜੇ। ਅੱਛਾ, ਜੇ ਅਸੀਂ ਕਹਿਤਾ ਸੀ ਕਿ ਇਕੱਲੀ ਕੁੜੀ ਚਾਹੀਦੀ ਆ, ਤਾਂ ਤੇਰੇ ਭਰਾ ਨੂੰ ਸ਼ਰਮ ਚਾਹੀਦੀ ਸੀ ਕਿ ਮੁੰਡੇ ਨੂੰ 5 ਕਿੱਲੇ ਆਉਂਦੇ ਹਿੱਸੇ ਜੇ, ਇਹਨੂੰ ਕੁਝ ਦੇ ਹੀ ਦਿੰਦੇ ਆ। ਜੇ ਤੁਹਾਨੂੰ ਇੰਨਾ ਕੁਛ ਰੱਬ ਨੇ ਦਿੱਤਾ ਵਾ ਤੇ ਤੁਸੀਂ ਆਪ ਨਹੀਂ ਲੈ ਸਕਦੇ ਇੱਕ ਬੁਲਟ? ਤੁਸੀਂ ਮੇਰੇ ਭਰਾ ਨੂੰ ਕਹਿੰਦੇ ਜੇ ਬੁਲਟ ਲੈ ਕੇ ਦੇਵੇ। ਮੇਰੇ ਸਾਹਮਣੇ ਬੜੀ ਬਕਵਾਸ ਨਾ ਕਰ, ਤੁਹਾਨੂੰ ਦੱਸਦਾ ਹੀ ਹੋ, ਚੁੱਪ ਕਰਕੇ ਆਪਣੇ ਭਰਾ ਨੂੰ ਫੋਨ ਕਰਦੇ ਤੇ ਬੁਲਟ ਦੇ ਕੇ ਆਏ, ਨਹੀਂ ਤਾਂ ਮੇਰੇ ਤੋਂ ਬੜਾ ਕੋਈ ਨਹੀਂ ਹੋ। ਉਹ ਤੁਹਾਨੂੰ ਕਿੱਥੇ ਬੁਲਟ ਲੈ ਕੇ ਦੇਵੇਗਾ? ਉਹਦੇ ਤਾਂ ਵਿਚਾਰੇ ਦਾ ਘਰ ਦਾ ਆਪ ਮਹਾ ਸਰਦਾ ਵਾ, ਕੀ ਪਤਾ ਕਿੱਥੋਂ ਖਰਚਾ ਕਰਦਾ ਵਾ। ਇਹ ਗੱਲ ਤਾਂ ਮੈਨੂੰ ਨਹੀਂ ਪਤਾ ਕਿੱਥੋਂ ਖਰਚਾ ਕਰਦਾ ਕਿੱਥੋਂ ਨਹੀਂ ਕਰਦਾ, ਜੋ ਤੈਨੂੰ ਕਹਿੰਦਾ ਨਾ ਉਹ ਡਿਮਾਂਡ ਪੂਰੀ ਹੋਣੀ ਚਾਹੀਦੀ ਆ। ਸੁਣ ਲਿਆ ਮੇਰੀ ਗੱਲ? ਬੜੀ ਬਕਵਾਸ ਨਹੀਂ ਕਰਨੀ ਮੇਰੇ ਕੋਲੇ। ਤੇ ਇੱਕ ਗੱਲ ਹੋਰ, ਜੋ ਨਹੀਂ ਨਾ ਸਾਡੀ ਡਿਮਾਂਡਾਂ ਪੂਰੀ ਕਰ ਸਕਦਾ, ਚੁੱਪ ਕਰਕੇ ਤੂੰ ਬੁਰੀ ਕਿਸਰਾ ਚੁੱਪ ਤਾਂ ਨਿਕਲਦੀ ਹੋ। ਮੈਂ ਹੁਣ ਕਿਵੇਂ ਆਪਣੇ ਭਰਾ ਨੂੰ ਫੋਨ ਕਰਾਂ ਕਿ ਉਹ ਬੁਲਟ ਦੀ ਡਿਮਾਂਡ ਕਰਨ ਦੇ ਆ? ਉਹ ਤਾਂ ਅੱਗੇ ਵਿਚਾਰਾ ਇੰਨੀ ਟੈਨਸ਼ਨ ਵਿੱਚ ਹੁੰਦਾ ਵਾ, ਇਹ ਤਾਂ ਗੱਲ ਨੂੰ ਸਮਝਦੇ ਹੀ ਨਹੀਂ ਆ ਕਿ ਉਹਦੇ ਘਰ ਦਾ ਮਹਾਂ ਗੁਜ਼ਾਰਾ ਕਰਨ ਦਿਆ, ਅਤੇ ਉਹ ਤੁਹਾਨੂੰ ਬੁਲਟ ਕਿੱਥੋਂ ਲੈ ਕੇ ਦੇਵੇਗਾ? ਕਰਜ਼ੇ 'ਚ ਤਾਂ ਉਹ ਆਪ ਡੁੱਬਿਆ ਪਿਆ ਵਾ। ਵੀਰੇ ਦਾ ਫੋਨ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਵੀਰੇ। ਉਹ ਠੀਕ ਠਾਕ ਸਭ ਘਰ? ਕੁਛ ਠੀਕ ਨਹੀਂ ਆ ਵੀਰੇ।
की गल हो गई? ਇਹ ਨਾ ਮੇਰੇ ਤੋਂ ਨਾ ਬੁਲਟ ਦੀ ਡਿਮਾਂਡ ਕਰਨ ਦੇ ਆ। ਬੁਲਟ ਦੀ ਡਿਮਾਂਡ? ਹਾਂਜੀ। ਤੂੰ ਤਾਂ ਭੈਣੇ ਤੈਨੂੰ ਤਾਂ ਪਤਾ ਮੈਂ ਤਾਂ ਤੇਰਾ ਤਾਂ ਵਿਆਹ ਹੀ ਮਸਾ ਕੀਤਾ। ਮੈਂ ਇਹਨਾਂ ਨੂੰ ਬੜਾ ਸਮਝਾਇਆ ਵੀਰੇ ਕਿ ਉਹਨਾਂ ਦੇ ਸਿਰ ਤੇ ਤਾਂ ਅੱਗੇ ਬੜਾ ਕਰਜ਼ਾ ਵਾ ਵਿਆਹ ਦਾ, ਨਾਲ ਇਹਨਾਂ ਦਾ ਤੇ ਰੋਟੀ ਦਾ ਮਾਹਾ ਸਰਦਾ ਵਾ, ਪਰ ਉਹ ਤੇ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਆ। ਵੀਰੇ ਜੇ ਮੈਂ ਉਹਨਾਂ ਨੂੰ ਕੁਛ ਕਹਿੰਦੀ ਆ ਤੇ ਮੈਨੂੰ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਜਿਹੜੀਆਂ ਮੈਂ ਸੁਣ ਵੀ ਨਹੀਂ ਸਕਦੀ। ਕੋਈ ਨਹੀਂ ਭੈਣ, ਦੇਖਦਾ ਜੇ ਮੈਂ ਕੁਝ ਹੁੰਦਾ ਜੇ, ਬਾਕੀ ਤਾਂ ਤੁਹਾਨੂੰ ਪਤਾ ਹੀ ਆ ਹਾਲਾਤ ਦਾ। ਚੱਲ ਤੂੰ ਟੈਨਸ਼ਨ ਨਾ ਲੈ, ਮੈਂ ਕਰਦਾ ਕੁਝ, ਠੀਕ ਹੈ? ਚਲੋ ਠੀਕ ਆ। ਹਾਂ ਠੀਕ ਆ, ਚੰਗਾ। ਕੀ ਕਰਾਂ ਹੁਣ ਮੈਂ, ਕਿਹਦੇ ਨਾਲ ਗੱਲ ਸ਼ੇਅਰ ਕਰਾਂ? ਸੰਦੀਪ ਦੀਦੀ ਨੂੰ ਫੋਨ ਲਾਉਂਦੀ ਹਾਂ, ਦੇਖਦੇ ਹਾਂ ਭਲਾ ਦੀਦੀ ਕੀ ਆਉਂਦੇ ਆ। ਹੈਲੋ। ਹੈਲੋ, ਹਾਂ ਸਿਮਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ, ਠੀਕ ਠਾਕ? ਕੀ ਦੱਸਾਂ ਦੀਦੀ ਤੁਹਾਨੂੰ, ਕਿਉਂ ਕੀ ਗੱਲ ਹੋਈ ਆ? ਗੱਲ ਕੀ ਹੋਣੀ ਆ ਦੀਦੀ? ਚੁੱਪ ਕਰਕੇ ਆਪਣੇ ਭਰਾ ਨੂੰ ਫੋਨ ਕਰ ਦੇ ਕਿ ਬੁਲਟ ਦੇ ਗਏ ਆਏ, ਨਹੀਂ ਤਾਂ ਮੇਰੇ ਤੋਂ ਬਰਾ ਕੋਈ ਨਹੀਂ ਹੋ। ਅਤੇ ਇੱਕ ਗੱਲ ਹੋਰ, ਜੋ ਨਹੀਂ ਨਾ ਸਾਡੀਆਂ ਡਿਮਾਂਡਾਂ ਪੂਰੀਆਂ ਕਰ ਸਕਦਾ, ਚੁੱਪ ਕਰਕੇ ਤੂੰ ਬੁਰੀ ਬਿਸਤਰਾ ਚੁੱਕ ਤਾਂ ਨਿਕਲ ਦੀ ਹੋ। ਦੀਦੀ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਚੱਲ ਕੋਈ ਨਹੀਂ ਸਿਮਰਨ, ਤੂੰ ਟੈਨਸ਼ਨ ਨਾ ਲੈ, ਅਸੀਂ ਨਾ ਅੱਜ ਹੀ ਸ਼ਾਮ ਨੂੰ ਆਉਣਾ ਤੇਰੇ ਕੋਲ। ਠੀਕ ਆ ਦੀਦੀ। ਚੱਲ ਠੀਕ ਆ। ਠੀਕ ਆ ਦੀਦੀ। ਹਾਂ ਭਰਾ ਦਾ ਫੋਨ ਸੀ, ਦਾਤਾ ਨੂੰ ਮੋਟਰਸਾਈਕਲ ਲੈ ਲਓ। ਹਾਂਜੀ ਚੱਲ ਠੀਕ ਆ, ਤੇ ਜਾ ਕੇ ਇਹਨੂੰ ਪਾਣੀ ਪੂਣੀ ਵੀ ਪੁੱਛ ਲਈਦਾ ਵਾ। ਹੁਣ ਵੱਜਣਗੀਆਂ ਗੇੜੀਆਂ ਤੇ ਪੈਣਗੇ ਬੁੱਲਟ ਦੇ ਪਟਾਕੇ। ਆ ਗਏ ਜੇ, ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ। ਨਹੀਂ ਨਹੀਂ ਪਾਣੀ ਨਹੀਂ ਯਾਰ, ਮੈਂ ਪੀਣਾ ਪਾਣੀ ਮੈਂ ਰਸਤੇ 'ਚੋਂ ਪੀ ਆਇਆ ਸੀਗਾ। ਅੱਛਾ, ਅਤੇ ਮੈਂ ਨਾ ਗੱਲ ਕਰਨੀ ਸੀ ਤੁਹਾਡੇ ਨਾਲ। ਉਹ ਨਾ ਸਿਮਰਨ ਦਾ ਫੋਨ ਆਇਆ ਸੀ। ਅੱਛਾ ਅੱਛਾ, ਕੀ ਕਹਿੰਦੀ? ਕੁਝ ਨਹੀਂ, ਕਹਿੰਦੀ ਕਿ ਉਹਨੂੰ ਨਾ ਦਾਜ ਵਾਸਤੇ ਤੰਗ ਕਰਦਾ ਮਨਦੀਪ। ਯਾਰ ਮਨਦੀਪ ਤਾਂ ਤੇਰਾ ਭਰਾ ਆਇਆ, ਸੰਦੀਪ ਇੱਦਾਂ ਦਾ ਆ ਉਹ? ਅਤੇ ਹੁਣ ਮੈਨੂੰ ਕੀ ਪਤਾ, ਸੋਚ ਤਾਂ ਹੁਣ ਆਪੋ ਆਪਣੀ ਹੁੰਦੀ ਹੈ ਨਾ, ਭਰਾ ਵਾ ਤਾਂ ਹੁਣ ਮੈਂ ਕੀ ਕਰਾਂ? ਅਤੇ ਮੇਰੇ ਨਾਲ ਕੀ ਗੱਲ ਕਰਨੀ ਫਿਰ? ਆਪਾਂ ਸਮਝਾਈਏ ਉਹਨੂੰ ਕਿਸੇ ਤਰੀਕੇ ਨਾਲ ਕਿ ਇਹ ਗਲਤ ਕੰਮ ਆ। ਕਿੱਦਾਂ ਸਮਝਾਉਣਾ, ਤੂੰ ਸਮਝਾਈ ਉਹਨੂੰ ਜਾ ਕੇ? ਮੈਂ ਕਿੱਦਾਂ ਸਮਝਾਵਾਂ, ਤੁਸੀਂ ਸੋਚੋ, ਹਾਂ ਤੁਹਾਡਾ ਦਿਮਾਗ ਤਾਂ ਬਹੁਤ ਤੇਜ਼ ਆ। ਅੱਛਾ ਅੱਛਾ, ਫਿਰ ਆਪਾਂ ਇੱਦਾਂ ਕਰਦੇ ਹਾਂ, ਅੱਜ ਹੀ ਚੱਲਦੇ ਹਾਂ ਉੱਥੇ, ਮੈਂ ਵੀ ਤਿਆਰ ਹੀ ਹਾਂ, ਤੂੰ ਵੀ ਤਿਆਰ ਹੀ ਆ, ਠੀਕ ਆ? ਅਤੇ ਆਪਾਂ ਫਿਰ ਉੱਥੇ ਜਾ ਕੇ ਇੱਦਾਂ ਕਰ। ਕਿੱਦਾਂ ਦਾ ਲੱਗਾ ਫਿਰ ਮੇਰਾ ਆਈਡੀਆ? ਬਹੁਤ ਵਧੀਆ ਆਈਡੀਆ, ਚਲੀਏ ਫਿਰ। ਨਹੀਂ ਚੱਲ ਚੱਲ ਆ ਫਿਰ। ਚਲੋ ਚਲੋ। ਭੈਣ ਤੁਸੀਂ ਇੱਕਦਮ ਹੀ ਆ ਕੇ ਦੱਸਿਆ ਹੀ ਨਹੀਂ, ਤੁਸੀਂ ਫੋਨ ਹੀ ਕਰ ਦੇਣਾ ਸੀ। ਬਸ ਇੱਦਾਂ ਹੀ ਸਲਾਹ ਬਣ ਗਈ ਆਉਣ ਦੀ। ਅੱਛਾ ਅੱਛਾ, ਆ ਜਾਓ ਆ ਜਾਓ, ਬੈਠੋ ਬੈਠੋ। ਹੋਰ ਸੁਣਾਓ, ਠੀਕ ਠਾਕ? ਹਾਂਜੀ ਸਭ ਠੀਕ ਠਾਕ ਆ। ਹੋਰ ਭਾਈ ਠੀਕ ਠਾਕ? ਹਾਂ ਹਾਂ ਸਭ ਵਧੀਆ ਠੀਕ ਠਾਕ। ਸਿਮਰਨ ਪਾਣੀ ਲਿਆਓ, ਭੈਣ ਹੋਣੀ ਆਏ ਆ। ਇੱਦਾਂ ਕਰੋ ਚਾਹ ਬਣਾ ਕੇ ਲਿਆਓ। ਹੋਰ ਭਾਈ ਠੀਕ ਠਾਕ? ਸਭ ਸਭ ਵਧੀਆ ਬਸ। ਹੋਰ ਕੰਮ ਕਾਰ ਕਿੱਦਾਂ? ਵਧੀਆ ਵਧੀਆ, ਕਿਰਪਾ ਵਾਹਿਗੁਰੂ ਦੀ। ਚਲੋ ਵਧੀਆ ਚਾਹੀਦਾ। ਚਲੋ ਤੁਸੀਂ ਮਾਰੋ ਭੈਣ ਭਰਾ ਗੱਲਾਂ ਬਾਤਾਂ, ਮੈਂ ਮਾੜਾ ਜਿਹਾ ਬਾਥਰੂਮ ਹੋ ਗਿਆ। ਠੀਕ। ਹੋਰ ਭੈਣ ਸੁਣਾ, ਠੀਕ ਠਾਕ ਘਰੇ? ਠੀਕ ਠਾਕ ਮਨਦੀਪ, ਕੀ ਦੱਸਾਂ ਤੁਹਾਨੂੰ ਮੈਂ। ਕਿਉਂ ਕੀ ਹੋਇਆ? ਆ ਤਾਂ ਤੇਰੇ ਭਾਅ ਜੀ ਬਾਥਰੂਮ ਗਏ ਹੁਣ, ਅਤੇ ਮੈਂ ਫਿਰ ਗੱਲ ਕਰਨ ਲੱਗੀ ਤੇਰੇ ਨਾਲ। ਇੱਦਾਂ ਦੀ ਕਿਹੜੀ ਗੱਲ ਹੋ ਗਈ ਹੈ? ਇਹ ਨਾ ਗੱਡੀ ਮੰਗਦੇ ਪਏ ਮੇਰੇ ਕੋਲ। ਗੱਡੀ? ਸੰਦੀਪ ਭੈਣ ਮੈਂ ਤੁਹਾਨੂੰ ਗੱਡੀ ਕਿੱਥੋਂ ਦੇ ਦੇਣੀ ਹੈ?
15,000 मसा मेरी तनखा वा, वह भी जो मैं छुट्टी करा तो कट लेंदे। वीरे मैनू नहीं पता, जिथे मर्जी गड्डी लैके दो, मैं हूँ इन्हों की कह रोज ताने देंदे रेंदे मैनू कि तेरे पेके गड्डी नहीं लैके दे सकते, तेनू कुट मार भी रोज़ करते। अज भी यो कह आए कि चल गड्डी लैके आ, उन्होंने को मंग, उन्होंने को जिदा मर्जी लै आ उन्होंने को गड्डी। पर संदीप मैं तो गड्डी नहीं दिती जानी, दस मैं की करा हूँ। ये तो संदीप हूँ भाई नूं अकल चाहिए आ, चंगी भली उन्होंने नौकरी आ, फिर भी उन्होंने सहुरे की कमाई पर ध्यान। बल्ले हो तेरे मनदीप, सिमरन के भरा हिस्से ना 2 किले आते, तो जे वह मोटरसाइकिल दे सकता है उन्होंने, तो तेरे हिस्से तो सुख ना 5 किले आते, तू गड्डी नहीं दे सकता मैनू। दस हूँ मनदीप, दस हूँ बोलता नहीं, सिमरन को मंगया ही ना मोटरसाइकिल। मनदीप वीरे ये सही कहते ने, मंगया ही मोटरसाइकिल। हाँ भैन मंगया ही, मैं माफ कर दो। मनदीप माफी साढ़े को नहीं, सिमरन को मंग, जिदे सामने तू डिमांडा रखिया ही। सिमरन सिमरन मैं माफ कर दे, पर यह गल मैं उदो समझ लगी जो ये सारिया गल् मेरे ते पईयां, मैं माफ कर दे सिमरन। मनदीप नाले मैनू कोई गड्डी नहीं चाहिए, चंगा ये सारा कुछ सिर्फ तेनों समझाने वास्ते किया है, सानू कितों पता लगा ही कि तू सिमरन को मोटरसाइकिल मंगदा है। देख मनदीप सारे के घर के खर्चे सेम ही होंगे, जिदा के तेरे घर के खर्चे उदा के सिमरन के पेकिया के घर के खर्चे उदा के साडे घर के खर्चे चलते, तो सारे दे आई चलाई चलती है, तो करके सू काम नहीं करने चाहिए। नाले तू वधिया कमाना आ, अपनी कमाई वधा, ठीक आ भाई मैनू माफ कर दो। माफी तू साडे कोलों नहीं उहदे कोल मंग ली, बस ठीक है। चलो हुण चाह चू पिउणी आ कि नहीं? जा सिमरन चाह बना के लिया भाई होना ली। हाँ जी सत श्री अकाल जी सारिआं नूं, हुणे तुसीं वीडियो देखी साडी दाज ते, तो जे तुहानूं वधिया लगी आ तो वध तों वध वीडियो नूं शेयर जरूर कर दिओ, तो कमेंट करके जरूर दस्सिओ जे कोई कमी पेशी रह गई आ, तो वह फिर अगली वीडियो में सुधारन की कोशिश करनगे भाजी होनी, तो क्योंकि जो भी मतलब असीं वीडियो बनाउने तुहाडे करके बनाउने आ, तो तुसीं जो सलाह दोगे कमेंटा विच उहदे हिसाब नाल ही वीडियो विच इंप्रूवमेंट हौली हौली करनगे भाजी होनी। तो इस तरीके नाल अपना वीडियो ते प्यार बनाई रखियो, तो जिहड़े भी चैनल ते पहली वारी आया चैनल नूं सबसक्राइब जरूर कर लियो, थल्ले किते रैड कलर दा बटन होगा उत्ते बस क्लिक करना आ, तो ये फ्री ऑफ कॉस्ट आ, तो वीर हुणां ने बहुत वधिया चैनल स्टार्ट, सारिआं ने वध तों वध चैनल नूं सपोर्ट करनी आ, तो चंगा जी फिर सारिआं नूं सत श्री अकाल जी।